ਅਸਲਾਮ ਵਾਲੇਕਮ ਜੀ, ਵੈਲਕਮ ਹੈ ਤੁਹਾਡਾ ਇੱਕ ਨਵੇਂ ਵਲੋਗ ਦੇ ਵਿੱਚ। ਅਤੇ ਅਸੀਂ ਜਾ ਰਹੇ ਹਾਂ ਵਾਹਗਾ ਬਾਰਡਰ। ਜਿਹੜੇ ਸਾਡੇ ਗੈਸਟ ਆਏ ਸੀ ਉਹਨਾਂ ਦਾ ਹੁਣ ਜਾਣ ਦਾ ਸਮਾਂ ਆ ਗਿਆ। ਤਿੰਨ ਚਾਰ ਪੰਜ ਦਿਨ ਦਾ ਟ੍ਰਿਪ ਸੀ, ਪੰਜ ਦਿਨ ਦਾ ਜੀ ਲੈ ਕੇ। ਵੈਸੇ ਤਿੰਨ ਦਿਨ ਆਏ ਸੀ ਤੁਸੀਂ ਕਿ ਬਈ ਤਿੰਨਾਂ ਦਿਨਾਂ 'ਚ ਮੁੜ ਜਾਣਾ? ਫਿਰ ਦੋ ਦਿਨ ਤੁਸੀਂ ਪਿਆਰ ਹੀ ਦਿਨ ਤੁਹਾਡੇ ਜਾਣ ਦੇ ਨਹੀਂ ਕੀਤਾ। ਅੱਛਾ, ਹੁਣ ਅੱਜ ਜਾ ਰਹੇ ਹਾਂ ਵਾਹਗਾ ਬਾਰਡਰ। ਅਤੇ ਰਸਤੇ 'ਚ ਜਾਂਦੇ ਇਹਨਾਂ ਕੋਲੋਂ ਗੱਲਾਂ ਬਾਤਾਂ ਮਾਰਾਂਗੇ। ਇੱਕ ਚੀਜ਼ ਸਾਡੀ ਰਹਿ ਗਈ ਹੈ, ਜਲੇਬੀਆਂ। ਰਾਤੀ ਅਸੀਂ ਜਲੇਬੀਆਂ ਖਾਣ ਵਾਸਤੇ ਰਾਤ 12 ਵਜੇ ਇੰਨਾ ਘੁੰਮੇ ਕਿ ਪੂਰਾ ਲਾਹੌਰ ਸ਼ਹਿਰ ਛਾਨ ਮਾਰਿਆ। ਹਾਂ, ਅਤੇ ਪਰ ਜਲੇਬੀਆਂ ਨਹੀਂ ਖਾ ਸਕੇ। ਫਿਰ ਹੁਣ ਉਹ ਜਿਹੜੇ ਇੱਕ ਦੋ ਢਾਬੇ ਸਨ ਉਹ ਹੋ ਗਏ ਸੀ ਬੰਦ। ਆਪਾਂ ਹੁਣ ਜਾ ਕੇ ਪਹਿਲੇ ਜਲੇਬੀਆਂ ਖਾਵਾਂਗੇ ਅਤੇ ਫਿਰ ਲਾਹੌਰ ਤੋਂ ਬਾਹਰ ਜਾਵਾਂਗੇ। ਅਤੇ ਨਿਕਲ ਰਹੇ ਜੀ ਹੋਟਲ ਤੋਂ। ਬੰਦਾ ਆਪਣਾ ਆ ਗਿਆ, ਦੂਸਰਾ ਵੀ, ਅਤੇ ਸਮਾਨ ਥੋੜ੍ਹਾ ਪਿੱਛੇ ਹੀ ਹੈ ਜੀ। ਚਲੋ ਆ ਜਾਓ ਫਿਰ। ਵਾਲੇਕੁਮ ਸਲਾਮ ਰਿਹਾ ਯਾਰ, ਠੀਕ ਹੈ? ਲਓ ਜੀ ਆਪਾਂ ਆ ਗਏ ਬਾਹਰ। ਚਲੋ ਜੀ, ਲਾਹੌਰ ਤੋਂ ਅਸੀਂ ਵਧਣ ਲੱਗੇ ਹਾਂ ਗਾਂਹ ਨੂੰ। ਅਤੇ ਲਾਹੌਰ ਥੋੜ੍ਹਾ ਜਿਹਾ ਸ਼ਾਂਤ ਮਿਲੇਗਾ ਤੁਹਾਨੂੰ। ਵੀਕੈਂਡ ਆ ਜੀ, ਸੈਟਰਡੇ ਆ, ਉਹਦੇ ਕਰਕੇ ਮੌਸਮ ਥੋੜ੍ਹਾ ਜਿਹਾ ਅੱਜ ਬਦਲਿਆ ਜਿਹਾ ਲੱਗ ਰਿਹਾ। ਮੌਸਮ ਤਾਂ ਬਹੁਤ ਵਧੀਆ ਜੀ, ਜਲੇਬੀਆਂ ਮੈਨੂੰ ਲੱਗਦਾ ਕਿਸਮਤ ਚ ਹੈ ਜਾਂ ਨਹੀਂ। ਇਹ ਲਾਸਟ ਜਿਹੜਾ ਹੈਗਾ ਨਾ ਸਾਡਾ, ਚਲੋ ਉਥੋਂ ਪਤਾ ਲੱਗ ਜਾਏਗਾ ਕਿਸਮਤ ਚ ਹੈ। ਚੰਗੇ ਮੌਸਮ ਚ ਹੋਵਾਂਗੇ ਫਿਰ ਸਾਰਾ ਕੁਛ ਖਾਵਾਂਗੇ। ਤਾਜ਼ੀ ਮੱਛੀ ਵੀ ਨੀ ਖਾਧੀ, ਤਾਜ਼ੀ ਮੱਛੀ। ਉਹ ਸਰਦੀਆਂ ਇੱਥੇ ਨਾ ਸਾਡੇ, ਇਹ ਵੀ ਬੜੀ ਮਿੱਥ, ਖਰਾਬ ਮਿੱਥ ਹੈ ਕਿ ਮੱਛੀ ਜਿਹੜੀ ਉਹ ਸਿਰਫ ਸਰਦੀਆਂ ਚ ਖਾਣੀ ਜਾਂਦੀ ਹੈ। ਉਧਰ ਵੀ ਆ, ਅੱਛਾ ਉਧਰ ਵੀ ਇਦਾਂ ਹੀ ਆ। ਇਹ ਫਿਰ ਸਾਡੇ ਦੇਸੀਆਂ ਦੀ ਮਿੱਥ ਹੈ ਕਿ ਸਰਦੀ ਗਰਮੀਆਂ ਚ ਮੱਛੀ ਨੀ ਖਾਣੀ। ਦੇਸੀ ਆਪਣੇ ਇੱਕੋ ਹੀ ਆ। ਆਹੋ, ਆਪਾਂ ਮਤਲਬ ਐ ਕਿ ਹਾਲਾਂਕਿ ਗਰਮੀ ਦੇ ਨਾਲ ਮੇਰਾ ਨੀ ਖਿਆਲ ਕਿ ਮੱਛੀ ਦਾ ਕੋਈ ਤਲ ਹੈ। ਤੁਸੀਂ ਸਾਊਥ ਵਿੱਚ ਚਲ ਜਾਓ, ਜਿੰਨਾ ਸਾਊਥ ਇੰਡੀਅਨ ਆ ਉਹ ਸਾਰਾ ਸਾਲ ਉੱਥੇ ਹੌਟ ਵੈਦਰ ਰਹਿੰਦਾ ਆ ਸਰ ਤੁਸੀਂ। ਹਾਂ ਬਿਲਕੁਲ, ਜਿਵੇਂ ਹੁਣ ਗਲਫ ਚ ਚਲੇ ਜਾਓ, ਸੀ ਫੂਡ ਤਕਰੀਬਨ ਹਰ ਨੋਰਮਲ। ਸਿਰਫ ਉਹ 2 ਮਹੀਨੇ ਜਿਹੜਾ ਨਾ ਹੰਟਿੰਗ, ਜਿਹੜਾ ਸ਼ਿਕਾਰ ਨਹੀਂ ਕਰਨ ਦਿੰਦੇ ਜਦੋਂ ਉਹ ਅੰਡਿਆਂ ਤੇ ਆਉਂਦੀਆਂ। ਬਿਲਕੁਲ, ਉਹਨਾਂ ਦਾ ਕੋਈ ਟਾਈਮ ਪੀਰੀਅਡ ਹੁੰਦਾ, ਉਸ ਟਾਈਮ ਤੇ ਉਹ ਅੰਡਿਆਂ ਤੇ ਹੁੰਦੀਆਂ, ਉਸ ਟਾਈਮ ਨਹੀਂ ਉਹ ਸ਼ਿਕਾਰ ਕਰਨ ਦਿੰਦੇ, ਬਲਕਿ ਉਹ ਹੋਟਲਾਂ ਦੇ ਵਿੱਚ ਛਾਪੇ ਮਾਰਦੀਆਂ ਨੇ। ਉੱਥੋਂ ਦੀ ਜਿਹੜੀ ਹੈ ਨੇ ਪੁਲਿਸ, ਉਹ ਛਾਪੇ ਮਾਰ ਕੇ ਚੈੱਕ ਕਰਦੀ ਆ ਫੂਡ ਵਾਲੇ ਕਿ ਬਈ ਇਹਨਾਂ ਕਿਤੇ ਫਿਸ਼ ਤੇ ਨਹੀਂ ਬਣਾਈ। ਜੀ ਜੀ ਜੀ। ਚਲੋ ਜੀ, ਆਇਓ ਆਪਣੇ ਟ੍ਰਿਪ ਵੱਲ। ਤੁਸੀਂ ਟ੍ਰਿਪ 'ਚ ਕਿੰਨਾ ਕੁ ਇੰਜੋਏ ਕੀਤਾ, ਕੀ ਕੀ ਕੀਤਾ, ਤਾਂ ਥੋੜ੍ਹਾ ਜਿਹਾ ਆਓ ਨਾ ਦੱਸੋ। ਹਾਂਜੀ ਦੱਸੋ ਜੀ, ਆਪਣੇ ਵਿਊ ਦਿੱਤੇ ਜਾਣ। ਤੁਹਾਡਾ ਹੁਣ ਆਵਾਜ਼ ਘੱਟ, ਛੋਟੀ ਹੋ ਗਈ, ਥੋੜ੍ਹੀ ਹੋ ਗਈ ਉਹਨਾਂ ਦੇ ਜਲੇਬੀਆਂ ਨਹੀਂ। ਅੱਛਾ ਜਲੇਬੀ, ਚਲੋ ਨਹੀਂ ਤੁਸੀਂ ਕੀ ਕਹਿੰਦੇ ਨੇ ਨਿਰਾਸ਼ ਨਾ ਹੋਵੋ, ਕੀ ਕਹਿੰਦੇ ਨੇ ਨਾ ਉਮੀਦ ਨਾ ਹੋਵੋ, ਨਾ ਉਮੀਦ ਨਾ ਹੋਵੋ। ਸਾਰਿਆਂ ਨੂੰ ਆਉਣਾ ਚਾਹੀਦਾ।
ਵੇਖੋ ਨਾਲ ਨਾਲ ਲੈ ਆ ਰਿਹਾ, ਜੇ ਕਿਤੇ ਗਰਮੀ ਵੀ ਲੱਗੇ ਤੇ ਨਹਿਰ ਚ ਵੀ ਛਾਲ ਮਾਰ ਸਕਦੇ ਹੋ ਬਿਲਕੁਲ, ਨਹਿਰ ਵੀ ਪਰ ਆਪਣੇ ਰਿਸਕ ਤੇ ਬਾਜੀ ਇਸੇ ਤਰ੍ਹਾਂ ਲਾਹੌਰ ਦੀ ਜਿਹੜੀ ਵਾਈਬ ਉਹ ਡਿਫਰੈਂਟ ਆ, ਤੇ ਜਿਹਨੇ ਲਾਹੌਰ ਨੀ ਦੇਖਿਆ ਜੰਮਿਆ ਨੀ ਤੇ ਚਲੋ ਅਲੱਗ ਗੱਲ ਹੈ, ਮੈਂ ਨਾ ਲਾਹੌਰ ਵਾਲਾ ਬੰਦਾ ਕਿਤੇ ਹੋਰ ਸ਼ਹਿਰ ਚ ਜਾ ਕੇ ਐਡਜਸਟ ਹੋਣਾ ਉਹਦੇ ਵਾਸਤੇ ਨਾਮੁਮਕਿਨ ਜੀ ਗੱਲ ਹੁੰਦੀ ਹੈ, ਕਿਉਂਕਿ ਕਿੰਨਾ ਸੋਹਣਾ ਨਾਲ ਵਿਊ ਫਿਰ ਘੁੰਮਣ ਫਿਰਨ ਨੂੰ ਨਾਲ ਵਿੱਚ ਨਹਿਰ ਕਿਤੇ ਇਹੋ ਜਿਹਾ ਹੈਗਾ ਹੋਰ ਕਿਸੇ ਸ਼ਹਿਰ ਦੇ ਵਿੱਚ? ਇੱਥੇ ਇਹਨੂੰ ਸਿਟੀ ਆਫ ਗਾਰਡਨ ਵੀ ਕਿਹਾ ਜਾਂਦਾ ਜੀ। ਜੀ 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 ਬਿਲਕੁਲ ਜੀ, ਜਿੰਨੀ ਗ੍ਰੀਨਰੀ ਲਾਹੌਰ ਦੇ ਵਿੱਚ ਕਦੀ ਪੰਜਾਬ ਦੇ ਕਿਸੇ ਸ਼ਹਿਰ ਚ ਨਹੀਂ ਵੇਖੀ ਨੀ। ਸੰਡੇ ਨੂੰ ਨਾ ਜਿਹੜੇ ਸਾਡੇ ਹੈ ਨੇ ਕਲੀਨਿੰਗ ਵਾਲੇ ਜਿਹੜੇ ਬੰਦੇ ਉਹਨਾਂ ਦੀ ਵੀ ਛੁੱਟੀ ਹੁੰਦੀ ਹੈ, ਫਿਰ ਸੈਟਰਡੇ ਨਾਈਟ ਜਿਹੜਾ ਗੰਦ ਹੁੰਦਾ ਉਹ ਸੰਡੇ ਮਾਰਨਿੰਗ ਨਹੀਂ ਉਹਨੂੰ ਚੱਕਦੇ, ਮੰਡੇ ਮਾਰਨਿੰਗ ਚੱਕਿਆ ਜਾਂਦਾ, ਚਲੋ ਇੱਕ ਦਿਨ ਚੱਲਦਾ ਹੈ ਕਿਉਂਕਿ ਉਹਨਾਂ ਨੇ ਵੀ ਛੁੱਟੀ ਕਰਨੀ। ਗਰਮੀ ਦਾ ਤੋੜ ਫਿਰ ਆਪਣਾ ਕੀ ਕਹਿੰਦੇ ਨਹਿਰ ਕਿੰਨਾ ਸੋਹਣਾ ਨਾਲ ਵਿਊ ਬੈਠਣ ਨੂੰ ਜਗ੍ਹਾ ਸਾਰੀ, ਕੀ ਕਹਿੰਦੇ ਨੇ ਸਫਾਈ ਤੇ ਆਪਣੀ ਜਗ੍ਹਾ ਕਲੀਨਿੰਗ ਕੀ ਕਹਿੰਦੇ ਨੇ ਬ੍ਰਿਜ ਉੱਚੇ ਕਰਕੇ ਨਾ, ਹੁਣ ਥਾਂ ਦਾ ਬ੍ਰਿਜ ਬਣਿਆ ਉੱਥੇ ਇੱਕ ਦੋ ਕਿਲੋਮੀਟਰ ਦੇ ਏਰੀਏ ਚ ਪਹਿਲਾਂ ਇੱਕ ਪਹਿਲਾਂ ਪਾਇਲਟ ਪ੍ਰੋਜੈਕਟ ਲਿਆਣ ਕੇ ਇੱਕ ਦੋ ਕਿਲੋਮੀਟਰ ਦੇ ਏਰੀਏ ਚ ਬ੍ਰਿਜ ਉੱਚੇ ਕਰਕੇ ਥੋੜਾ ਜਿਹਾ ਵਧੀਆ ਖੂਬਸੂਰਤ ਬਣਾ ਦੇਣਾ ਤੇ ਬਹੁਤ ਸੋਹਣੀ ਜਗ੍ਹਾ। ਡੇਢ ਦੋ ਘੰਟੇ ਦਾ ਹੁੰਦਾ ਚੱਕਰ, ਤੁਸੀਂ ਉਹਨਾਂ ਨੇ ਖਾਣਾ ਖਾ ਕੇ ਤੁਹਾਨੂੰ ਫਿਰ ਉੱਥੇ ਛੱਡ ਦੇਣਾ, ਠੀਕ ਹੋ ਗਿਆ। ਤੁਸੀਂ ਉਹਨੂੰ ਪਹਿਲਾਂ ਆ ਵੇਖੋ ਅੰਗਰੇਜ਼ਾਂ ਦੇ ਟਾਈਮ ਦਾ ਹੈ ਨਾ ਪੁਰਾਣਾ ਪੁਲ, ਪੁਰਾਣਾ ਪੁਲ ਬੜੇ ਲੋਕ ਆਏ, ਪਰ ਜਿਹਦੀ ਸ਼ੋਪਿੰਗ ਤੁਸੀਂ ਖਲੋ ਕੇ ਕੀਤੀ ਹੈ ਨਾ ਕਿਸੇ ਨੇ ਵੀ ਨੀ ਕੀਤੀ, ਮਤਲਬ 6 ਘੰਟੇ ਅਸੀਂ ਇੱਕ ਦੁਕਾਨ ਚ ਬੈਠੇ ਰਹੇ, 6 ਘੰਟੇ ਇੱਕ ਦਿਨ ਦਾ ਸੀ, ਇਹ ਇੱਕ ਦੁਕਾਨ ਦੀ ਗੱਲ ਦੱਸ ਰਿਹਾ, ਇਹ ਮਤਲਬ ਅਗਲਾ ਦਿਨ ਸੀ, ਫੇਰ ਮਤਲਬ ਉਸ ਤੋਂ ਬਾਅਦ ਵੀ ਅਸੀਂ ਇੱਕ ਦੋ ਜਗ੍ਹਾ ਤੇ ਗਏ, ਬੜੀ ਤਸੱਲੀ ਨਾਲ ਸ਼ੋਪਿੰਗ ਕੀਤੀ ਤੁਸੀਂ। ਅਸੀਂ ਕੁਆਲਿਟੀ ਪਲੱਸ ਕੁਆਂਟਿਟੀ ਸੀ, ਮਤਲਬ ਠੀਕ ਸੀ ਕੁਆਂਟਿਟੀ ਵੀ ਠੀਕ ਸੀ ਬਟ ਕੁਆਲਿਟੀ ਵੀ ਸੀ ਬਿਲਕੁਲ ਬਿਲਕੁਲ, ਹਰ ਚੀਜ਼ ਨੂੰ ਪਰਖ ਕੇ ਫੇਰ ਖਰੀਦਿਆ ਗਿਆ, ਬਿਲਕੁਲ ਸ਼ੋਪਿੰਗ ਬਹੁਤ ਸੋਹਣੀ ਸੀ ਇੱਥੇ ਨਾ ਇਹਦੇ ਚ। ਆਪਣਾ ਇੱਥੇ
ਜਿਹੜਾ ਬ੍ਰਾਈਡਲ ਡਰੈਸ ਸੀ ਉਹ ਵੀ ਇੱਥੋਂ ਤਿਆਰ ਕਰਾਇਆ ਸੀ। ਹਾਂ ਮੈਂ ਵਿੱਚੋਂ ਇੱਕ ਸੇਮ ਡੇ ਸ਼ਾਇਦ ਆਣ ਕੇ ਵਾਪਸ ਚਲੇ ਗਏ। ਹਾਂਜੀ ਨਹੀਂ ਇੱਕ ਦਿਨ ਦਾ ਮਤਲਬ ਉਹਨਾਂ ਦਾ ਆਏ ਸਨ ਲਾਈਕ ਸੈਟਰਡੇ ਉਹਨਾਂ ਨੇ ਸਮਾਨ ਆਪਣਾ ਲਿਆ ਤੇ ਸੰਡੇ ਉਹਨਾਂ ਨੇ ਸ਼ੂਟ ਕੀਤਾ ਤੇ ਸੰਡੇ ਫਿਰ ਸ਼ੂਟ ਕਰਕੇ ਚਲੇ ਗਏ ਸੀ। ਹਾਂ ਤੁਸੀਂ ਉਹਨਾਂ ਨੂੰ ਕੀਤਾ ਸੀ ਨਾ? ਹਾਂਜੀ ਹਾਂਜੀ ਹਾਂ। ਸੋ ਚੀਜ਼ਾਂ ਲਈਆਂ ਬਹੁਤ ਲੇਕਿਨ ਉਹ ਇਹ ਗੱਲ ਕਰਦੇ ਨੇ ਕਿ ਜਿਹੜਾ ਉਹਨਾਂ ਨੇ ਇੱਥੋਂ ਡਰੈਸ ਬਣਾਇਆ ਸੀ ਉਹ ਤਕਰੀਬਨ ਬਣਿਆ ਤੇ ਯਾਨੀ ਜਿਸ ਕਾਸਟ ਉੱਤੇ ਪਾਕਿਸਤਾਨ ਦੀ ਕਾਸਟ ਤੇ ਬਣਿਆ ਸੀ ਉਸ ਤੋਂ ਡਬਲ ਟ੍ਰਿਪਲ ਤੇ ਉਹੀ ਡਰੈਸ ਉੱਥੋਂ ਮਿਲਦਾ। ਤੁਸੀਂ ਦੱਸ ਸਕਦੇ ਹੋ ਵੀ ਇਥੋਂ ਪਾਕਿਸਤਾਨ ਦੀ ਕਿੰਨੀ ਕਾਸਟ ਹੋਊਗੀ ਉਹਦੀ? ਉਹਦੀ ਤਕਰੀਬਨ ਹੈਗੀ ਸੀ ਮੇਰੇ ਕੋਲ 6-7 ਲੱਖ ਸੀ। 6-7 ਲੱਖ ਤੇ ਉਹ ਕਹਿੰਦੇ ਸਨ ਕਿ ਇੰਡੀਅਨ ਇਹ ਤਕਰੀਬਨ 15 ਲੱਖ ਦਾ। ਵਾਕਈ ਇਹ ਹੁਣੇ ਜਿਹੜੀ ਆਪਾਂ ਵੀ ਸ਼ਾਪਿੰਗ ਕੀਤੀ ਇਹ ਉੱਥੋਂ ਡਬਲ ਟ੍ਰਿਪਲ ਵਾਲੀ ਆ। ਹਾਂ ਉੱਧਰਲੇ ਪਾਸੇ ਲੋ ਜੀ ਆਹ ਕਨਾਲ ਇੱਥੇ ਸ਼ੁਰੂ ਹੁੰਦੀ ਹੈ ਜਾਂ ਇੱਥੋਂ ਸ਼ੁਰੂ ਹੁੰਦੀ ਹੈ ਇਹਨੂੰ ਖਤਮ ਨਹੀਂ ਕਹਿ ਸਕਦੇ ਇੱਥੋਂ ਸ਼ੁਰੂ ਹੁੰਦੀ ਹੈ ਲਾਹੌਰ ਦੇ ਸੈਂਟਰ ਦੇ ਵਿੱਚੋਂ ਦੀ ਜਿਹੜੀ ਗੁਜ਼ਰ ਕੇ ਜਾਂਦੀ ਹੈ ਸ਼ੁਰੂ ਇੱਥੋਂ ਹੁੰਦੀ ਹੈ ਸ਼ੁਰੂ ਹੈ ਇੱਥੋਂ ਹੋ ਰਹੀ ਹੈ ਆਪਾਂ ਉਹ ਪਰਲੀ ਸਾਈਡ ਤੱਕ ਵੇਰ ਚਲ ਜਾਂਦੀ ਹੈ। ਹਾਂਜੀ ਵੇ ਪੂਰਾ ਲਾਹੌਰ ਦੇ ਸੈਂਟਰ ਚ ਨਿਕਲ ਕੇ ਅੱਗੋਂ ਆਪਣਾ ਸਿੱਧੀ ਬਾਹਰ ਨਿਕਲ ਜਾਂਦੀ ਹੈ। ਵੇਖੋ ਕਿੰਨੀ ਵਧੀਆ ਇਹਨੇ ਡਿਵੈਲਪ ਸਾਰੇ ਲਾੜੇ ਲਾਹੌਰ ਨੂੰ ਇਹਨੂੰ ਖੂਬਸੂਰਤੀ ਬਣਾਉਂਦੀ ਲਾਹੌਰ ਦੇ ਅੰਦਰ ਆ ਤਾਂ ਵੇਖੋ ਪਿਕਨਿਕ ਸਪੌਟ ਆ ਜੇ ਕਿਤੇ ਇੱਕ ਦਿਨ ਨਾ ਬਾਹਰਲੇ ਗੋਰਿਆਂ ਕੋ ਹੁੰਦਾ ਨਾ ਮੈਂ ਕਿਹਾ ਉਹਨੇ ਇੱਥੇ ਇੰਨਾ ਟੂਰਿਜ਼ਮ ਡਿਵੈਲਪ ਕਰ ਦੇਣਾ ਜਿੰਨਾ ਇਹਨਾਂ ਕੋਲ ਤਾਂ 1% ਵੀ ਨਹੀਂ ਹੋਇਆ ਹੁਣ ਤੱਕ। ਅੱਜ ਦਾ ਕਨਾਲ ਹੈ ਸ਼ਹਿਰ ਦੇ ਵਿੱਚ ਇਹ ਤੇ ਬਦਕਿਸਮਤੀ ਹੈ ਯਾਰ ਜੇ ਇਹਨੂੰ ਵੀ ਇੰਨਾ ਲਾਹੌਰ ਦੀ ਸ਼ਾਨ ਹੈ ਪਰ ਇਹਨੂੰ ਸ਼ਾਨ ਬਣਾਉਣਾ ਹੋਰ ਚਾਹੀਦਾ। ਅੱਛਾ ਵੱਡੀ ਇੱਥੋਂ ਫਿਰ ਹੋ ਰਹੀ ਹੈ। ਹਾਂਜੀ ਇੱਥੋਂ ਆ ਨਿਕਲ ਰਹੀ ਇਹ ਇਸ ਜਗ੍ਹਾ ਤੋਂ ਅੰਕਲ ਚੱਲ ਬਾਪੂ ਚੱਲ ਓਵੇਲ ਉਹਨੂੰ ਰਾਹ ਭੁਲਿਆ ਖੜੀਚਿਆ ਜਿਹਨੂੰ ਕਹਿੰਦੇ ਨੇ ਓਵੇਲ ਜਿਹਨੇ ਜਾਣਾ ਚਲੋ ਜੀ ਵੱਧ ਗਏ ਅਸੀਂ ਰਹਿ ਗਿਆ ਸਾਡਾ ਹੁਣ 5-7 ਕਿਲੋਮੀਟਰ ਗਗਨ ਭਾਜੀ ਸੈਂਟਰ ਚ ਆ ਜਾਓ। ਹਾਂਜੀ ਭਾਜੀ ਆਸਟ੍ਰੇਲੀਆ ਲਿਓ ਬਹੁਤ ਜ਼ਿਆਦਾ ਪਿਆਰ ਮਿਲਿਆ ਐਂਡ ਲਾਹੌਰ ਬਹੁਤ ਪਿਆਰਾ ਸਿਟੀ ਹੈ। ਲਾਹੌਰ ਦੀ ਵਾਈਬ ਵੀ ਡਿਫਰੈਂਟ ਆ ਮੈਨੂੰ ਲੱਗਦਾ ਕਿ ਇਸਲਾਮਾਬਾਦ ਜਾਣ ਦਾ ਮੌਕਾ ਨਹੀਂ ਮਿਲਿਆ ਪਰ ਪੰਜਾਬ ਪੂਰਾ ਪੰਜਾਬ ਜਿਹੜਾ ਆਪਣਾ ਇਕੱਠਾ ਪੰਜਾਬ ਆ ਚੜ੍ਹਦਾ ਤਾਂ ਲਹਿੰਦਾ ਪੰਜਾਬ ਤੇ ਜਿਹੜਾ ਸਭ ਤੋਂ ਖੂਬਸੂਰਤ ਸ਼ਹਿਰ ਆ ਜਿਹੜਾ ਉਹ ਅੱਜ ਤੱਕ ਦਾ ਮੈਂ ਤਾਂ ਲਾਹੌਰ ਹੀ ਕਹੂੰਗਾ। ਇੰਨੀ ਕੁ ਜ਼ਿਆਦਾ ਗ੍ਰੀਨਰੀ ਤੇ ਪੂਰੇ ਈਵਨ ਸ਼ਹਿਰ ਦੇ ਵਿੱਚ ਜਿੰਨੀ ਗ੍ਰੀਨਰੀ ਆ ਆਸ ਪਾਸ ਤੇ ਮਤਲਬ ਸਾਫ਼ ਸਫਾਈ ਜਿਹੜੀ ਹੈਗੀ ਆ ਬਹੁਤ ਬਹੁਤ ਵਧੀਆ ਲੱਗਾ ਦੇਖ ਕੇ। ਅੱਛਾ ਬੈਸਟ ਪਾਰਟ ਤੁਹਾਡੇ ਟ੍ਰਿਪ ਦਾ ਬੈਸਟ ਪਾਰਟ ਕੀ ਸੀ ਤੁਹਾਨੂੰ ਜੋ ਮਤਲਬ ਹਰ ਚੀਜ਼ ਨੂੰ ਬੈਸਟ ਪਾਰਟ ਓਵਰਆਲ ਸਾਰਾ ਕੁਝ ਵਧੀਆ ਰਿਹਾ ਪਰ ਜਿਹੜਾ ਸਭ ਤੋਂ ਪਹਿਲਾਂ ਜਿੱਦਣ ਆਪਾਂ ਨਨਕਾਣਾ ਸਾਹਿਬ ਗਏ ਸੀਗੇ ਬਾਰਡਰ ਕ੍ਰੋਸ ਕਰਕੇ ਉਹ ਇੱਕ ਮੇਰੇ ਖਿਆਲ 'ਚ ਹਰ ਇੱਕ ਸਿੱਖ ਦੀ ਇੱਕ ਦਿਲੀ ਤਮੰਨਾ ਐਂਡ ਅਸੀਂ ਅਰਦਾਸ ਦੇ ਵਿੱਚ ਵੀ ਕਹਿੰਦੇ ਹਾਂ ਕਿ ਜਿਹੜੇ ਵਿਛੜੇ ਗੁਰਧਾਮ ਆ ਸਾਡੇ ਉਹਨਾਂ ਦੇ ਦਰਸ਼ਨ ਦੇ ਤਾਰੇ ਬਖਸ਼ੋ ਆਪਣੇ ਗੁਰੂ ਸਾਹਿਬਾਨਾਂ ਅੱਗੇ ਅਰਦਾਸ ਕਰਦੇ ਹਾਂ। ਉਹ ਜਿਹੜੀ ਸੀਗੀ ਕਿ ਜਿੱਥੋਂ ਜਿਹੜਾ ਸਿੱਖੀ ਦਾ ਧੂਰਾ ਸਾਡਾ ਨਨਕਾਣਾ ਸਾਹਿਬ ਉੱਥੇ ਜਾ ਕੇ ਆਪਾਂ ਬਾਰਡਰ ਕ੍ਰੋਸ ਕਰਕੇ ਮੱਥਾ ਟੇਕਿਆ ਤੇ ਉਹਦੇ ਉਸ ਤੋਂ ਬਾਅਦ ਜਿਹੜੇ ਬਾਕੀ ਗੁਰਦੁਆਰਾ ਸਾਹਿਬਾਨ ਆਪਾਂ ਦੇਖੀਏ ਤੇ
ਉਹ ਸਾਰੇ ਰਹਿਣ ਤੈਨੂੰ ਉਸ ਤੋਂ ਬਾਅਦ ਜਿਹੜਾ ਪਿੰਡ ਗਏ ਆ ਜਿਹੜਾ ਪੁਰਖ ਬਜ਼ੁਰਗਾਂ ਦਾ ਪਿੰਡ ਸੀਗਾ ਉਹ ਦਰਵਾਜ਼ਾ ਜਿਹੜਾ ਦੇਖਿਆ ਤੇ ਬਜ਼ੁਰਗਾਂ ਨਾਲ ਜਿਹੜੀ ਮੁਲਾਕਾਤ ਹੋਈ ਸਾਰੀਆਂ ਚੀਜ਼ਾਂ ਮੈਂ ਮਤਲਬ ਇਹਨੂੰ ਮੈਂ ਏਦਾਂ ਨੀ ਕਰ ਸਕਦਾ ਕਿ ਆਪਾਂ ਕਿ ਸਾਰਾ ਕੁਛ ਹੀ ਮਤਲਬ ਏਦਾਂ ਸੀਗਾ ਕਿ ਜਿੱਦਾਂ ਕਹਿੰਦੇ ਨਾ ਕਿ ਰੂਹ ਖੁਸ਼ ਹੋ ਗਈ ਕਰਤਾਰਪੁਰ ਸਾਹਿਬ ਦੀ ਦੂਜੇ ਗੁਰਧਾਮਾਂ ਦੀ ਆਪਣੀ ਅਹਿਮੀਅਤ ਆ ਇਸ ਕਰਕੇ ਆਪਾਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ ਚਲੋ ਜੀ ਆਪਾਂ ਹੁਣ ਮੁੜ ਗਏ ਆਪਣਾ ਜੱਲੋ ਲਾਸਟ ਟਾਊਨ ਆ ਗਿਆ ਤੇ ਇੱਥੋਂ ਸਾਹਮਣੇ ਹੁਣ ਅੱਜ ਥੋੜਾ ਜਿਹਾ ਧੁੰਦਲਾ ਧੁੰਦਲਾ ਜਿਹਾ ਜਿਵੇਂ ਬਣ ਜਾਂਦੇ ਆ ਤੇ ਨੀਤੇ ਤੋਂ ਫਲੈਗ ਨਜ਼ਰ ਆਉਂਦੇ ਹੁੰਦੇ ਨੇ ਜੀ ਜੀ ਰਹਿ ਗਿਆ ਸਾਡਾ 5 ਕਿਲੋਮੀਟਰ ਦਾ ਰਾਹ ਉਹ ਆਇਆ ਨਹੀਂ ਮੁੰਡਾ ਆਪਾਂ ਕੀ ਕਹਿੰਦੇ ਨੇ ਹਾਰ ਥੱਕ ਕੇ ਬਹਿ ਗਏ ਹਾਂ ਜਲੇਬੀਆਂ ਤੋਂ ਪਰ ਆਖਰੀ ਬਿਲਕੁਲ ਆਵਾਂ ਸਾਹਮਣੇ ਵੇਖ ਲਓ ਪੂਰੀ ਕਰ ਦਿੱਤੀ ਬਸ ਆਖਰੀ ਸਮਝ ਲਓ ਮੇਰੇ ਖਿਆਲ ਦੁਕਾਨ ਸੀ ਕਤਲਾਮਾ ਲਾ ਕੇ ਬੈਠਾ ਨਾਲ ਜਲੇਬੀਆਂ ਲਾ ਕੇ ਬੈਠਾ ਕਤਲਾਮੇ ਦਾ ਪਤਾ ਤੁਹਾਡੇ ਹੁੰਦਾ ਉਧਰ ਇਹ ਆ ਹੁੰਦਾ ਮੈਦਾ ਜਿਹਾ ਵੱਡਾ ਜਿਹਾ ਪੇੜਾ ਕਰਕੇ ਉੱਤੇ ਉਹ ਸਾਰੇ ਮਸਾਲੇ ਮਸਾਲੇ ਪਾ ਦਿੰਦੇ ਨੇ ਇੱਕ ਮਿੰਟ ਤਾਜ਼ਾ ਤਾਜ਼ਾ ਵਾਲੀਆਂ ਲਈਆਂ ਯਾਰ ਅੰਨੀਆਂ ਖੜੀਆਂ ਪਈਆਂ ਨੇ ਇਹ ਗਰਮ ਨੇ ਜਲੇਬੀਆਂ ਗਰਮ ਨੇ ਵਾਲੀਆਂ ਜਿਹੜੀਆਂ ਹਾਂ ਜਿਹੜੀਆਂ ਜ਼ਿਆਦਾ ਲਾਲ ਲਾਲ ਨੇ ਨਾ ਇਹ ਕਰ ਦੇ ਇੱਕ ਵਾਲਾ ਹਾਂ ਇਹ ਨਾ ਮੇਲੇ ਜਿਵੇਂ ਮੇਲੇ ਠੇਲੇ ਨਹੀਂ ਹੁੰਦੇ ਉਹਨਾਂ ਦੀਆਂ ਦੁਕਾਨਾਂ ਨੇ ਹਾਂ ਜ਼ਿਆਦਾ ਨਾ ਦਈ ਯਾਰ ਕਤਲਾਮਾ ਬਸ ਥੋੜ੍ਹਾ ਜਿਹਾ ਟੇਸਟ ਕਰਨਾ ਫੜੋ ਜੀ ਟੇਸਟ ਕਰੋ ਇੱਕ ਹੀ ਚੀਜ਼ ਇਹਨਾਂ ਨੇ ਧਨੀਆ ਧੁਨੀਆ ਲਾਇਆ ਹੁੰਦਾ ਹਾਂ ਬੇਸਨ ਲੱਗਾ ਧਨੀਆ ਲੱਗਾ ਹੈ ਅਨਾਰਦਾਨਾ ਇਹਨੂੰ ਕਹਿ ਲਓ ਕਿ ਪੰਜਾਬੀਆਂ ਦਾ ਪੀਜ਼ਾ ਸੁੱਕਾ ਧਨੀਆ ਪੁਦੀਨਾ ਕੀ ਕਹਿੰਦੇ ਨੇ ਅਨਾਰਦਾਨਾ ਸੁੱਕਾ ਤੇ ਬੇਸਣ ਤੇ ਮੇਦੇ ਦੇ ਉੱਤੇ ਇਹਨਾਂ ਨੇ ਫਿੱਟ ਕੀਤਾ ਇਹਨੂੰ ਨਮਕ ਸ਼ਮਕ ਲਾ ਕੇ ਖਲੋਏ ਮੈਂ ਦੇਣਾ ਕਰ ਦਿਓ ਭਾਈ ਲੋ ਜੀ ਫਾਈਨਲੀ ਜਲੇਬੀਆਂ ਹੁਣ ਆ ਗਈਆਂ ਸਾਡੇ ਹੱਥ 'ਚ ਉਹ ਵੀ ਤਾਜ਼ੀਆਂ ਤਾਜ਼ੀਆਂ ਕਢਵਾ ਕੇ ਸਾਹਮਣੇ ਹਾਂਜੀ ਇਹ ਬਾਰਡਰ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਪਹਿਲੇ ਲੱਭ ਗਈਆਂ ਲਾਸਟ ਸਪੋਟ ਪਹਿਲ ਕਰਦੇ ਇਸੇ ਤਰ੍ਹਾਂ ਵਧੀਆ ਹੈ ਜੀ ਬਹੁਤ ਟੇਸਟੀ ਬਹੁਤ ਜ਼ਿਆਦਾ ਪੂਰੀਆਂ ਕਰੰਚੀ ਸਾਰਿਆਂ ਨੂੰ ਕਮੈਂਡ ਕਰਦੇ ਕੋਈ ਵੀ ਇੱਧਰ ਆਵੇ ਜਾਣ ਲੱਗਾ ਇੱਥੋਂ ਜਲੇਬੀਆਂ ਜ਼ਰੂਰ ਖਾ ਕੇ ਜਾਇਓ ਹਾਂਜੀ ਬਾਕੀ ਵਿਕਾਸ ਦੀ ਜੇ ਨਹੀਂ ਵੀ ਤੇ ਵਿਕਾਸ ਦੀ ਡਿਊਟੀ ਹੈ ਵਿਕਾਸ ਸਾਰਿਆਂ ਨੂੰ ਇੱਥੋਂ ਖਲਵਾੜ ਕੇ ਲੈ ਕੇ ਜਾਊਗਾ ਬਿਲਕੁਲ ਏਦਾਂ ਹੀ ਏਦਾਂ ਹੀ ਬਿਲਕੁਲ ਜਿਹੜਾ ਖਾਣ ਵਾਲੇ ਹੋਣਾ ਜਾਂਦੇ ਵੀ ਖਾਓ ਤੇ ਆਉਂਦੇ ਵੀ ਖਾਓ ਭਾਜੀ ਫਾਈਨਲੀ ਸਾਡਾ ਟਾਈਮ ਆ ਗਿਆ ਇਹਨਾਂ ਨੂੰ ਭੇਜਣ ਦਾ
ਤੇ ਬਾਰਡਰ ਸਾਈਡ ਪਾਕਿਸਤਾਨ ਬਾਰਡਰ ਸਾਈਡ ਅੱਧੀ ਜਿਹੜੀ ਇਹ ਗਰਾਊਂਡ ਉਹ ਢਾਲੀ ਤੇ ਅੱਧੀ ਜਿਹੜੀ ਉਹ ਰਹਿ ਗਈ ਹੈ ਤੇ ਉਹ ਹੋ ਰਿਹਾ ਕੰਮ ਤੇ ਮਹਿਮਾਨ ਸਾਡੇ ਹੋ ਗਏ ਰੈਡੀ। ਚੱਲੀਏ ਜੀ? ਹਾਂਜੀ ਬਿਲਕੁਲ, ਮੈਂ ਨਹੀਂ ਜਾ ਸਕਦਾ ਤੁਹਾਨੂੰ ਬਸ ਚੱਲੀਏ ਜੀ, ਇਸ ਲਈ ਕਿਹਾ ਕਿ ਤੁਸੀਂ ਕੋਈ ਨਹੀਂ ਜਾਵਾਂਗੇ। ਚਲੋ ਖੈਰ ਨਾ ਪਹੁੰਚੋ ਜੀ, ਫਿਰ ਹੋਏਗੀ ਮੁਲਾਕਾਤ। ਠੀਕ ਹੈ ਜੀ, ਜੀ ਬਿਲਕੁਲ ਜੀ, ਓਕੇ ਜੀ, ਓਕੇ ਜੀ, ਬਹੁਤ ਸ਼ੁਕਰੀਆ, ਥੈਂਕ ਯੂ, ਸੁਪਰ ਕੀ ਹੋਣਾ ਮਾਮ ਨਾ ਜੀ, ਥੈਂਕ ਯੂ ਜੀ, ਓਕੇ ਜੀ, ਥੈਂਕ ਯੂ ਸੋ ਮਚ, ਬਹੁਤ ਕਰ ਮਿਲਿਆ, ਓਕੇ ਜੀ, ਓਕੇ ਬਾਏ, ਨਹੀਂ ਕਿਹਾ ਚਲੋ ਜੀ, ਓਕੇ ਬਾਏ।